ਸਾਰਿਆਂ ਨੇ ਵੇਖ ਲਿਆ ਟ੍ਰੇਲਰ ਤੇ ਟ੍ਰੇਲਰ ਵੇਖਣ ਤੋਂ ਬਾਅਦ ਹੁਣ ਸਾਰਿਆਂ ਨੂੰ ਗੱਡੀ ਦੇ ਅਲੋਏ ਵੀਲ ਦੇ ਉੱਤੇ ਨੌਲੇਜ ਸਾਰਿਆਂ ਨੂੰ ਚਾਹੀਦੀ ਹੋਗੀ ਕਿ ਕਿਹੜਾ ਅਲੋਏ ਵੀਲ ਆ ਗਿਆ ਇਹੋ ਜਿਹਾ ਕਿ ਫਿਊਲ ਕਾਊਂਟਰਾਂ ਨੂੰ ਮਾਰ ਦੇ ਰਿਹਾ ਹੈ ਨਾ ਵੀ ਅਤੇ ਉਹ ਚੀਜ਼ਾਂ ਤੁਹਾਨੂੰ ਦਿਖਾਉਂਦੇ ਹੈਗੇ ਹਾਂ ਅਤੇ ਚੈਨਲ ਨੂੰ ਕਰਿਓ ਜੂ ਸਬਸਕ੍ਰਾਈਬ ਵੀਡੀਓ ਨੂੰ ਕਰਿਓ ਸ਼ੇਅਰ ਅਤੇ ਦਿਖਾਉਂਦੇ ਹਾਂ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਵੀਡੀਓ ਅਤੇ ਸਾਡੇ ਦੁਕਾਨ ਦੇ ਮੁੰਡੇ ਪਿੱਛੇ ਪਿੱਛੇ ਸਾਡੇ ਮਗਰ ਆ ਗਏ ਨੇ ਅਤੇ ਐਂ ਵੇਖੋ ਇਹਦੇ ਵਿੱਚ ਕਿੰਨਾ ਪਾਇਆ ਆਪਾਂ ਇਹ 14 ਇੰਚ ਹੈ ਜੀ 14 ਇੰਚ ਹੈ ਟਰਾਈ ਚੱਲ ਰਿਹਾ ਕਿ ਗੱਡੀ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਗੱਡੀ ਚੈੱਕ ਕਰਕੇ ਪੂਰੀ ਦੇਈ ਦੀ ਹੈ ਠੀਕ ਹੈ ਨਾ ਚੈੱਕ ਕਰਕੇ ਇਸ ਕਰਕੇ ਦੇਈ ਦੀ ਹੈ ਕਿਉਂਕਿ ਤੁਹਾਨੂੰ ਸਾਰੇ ਕਿਤੇ ਕਿਸੇ ਨੇ ਦੂਰ ਜਾਣਾ ਕਿਤੇ ਕੋਈ ਦੂਰੋਂ ਆਉਂਦਾ ਹੈ ਨਾ ਕਿ ਪੰਜਾਬ ਦੇ ਵਿੱਚ ਨਾ ਜ਼ਿਆਦਾਤਰ ਲੋਕ ਕੋਈ 70 ਕਿਲੋਮੀਟਰ ਕੋਈ 100 ਕਿਲੋਮੀਟਰ ਇੰਨੀ ਦੂਰ ਦੂਰੋਂ ਆ ਕੇ ਫਿਟਿੰਗ ਕਰਾ ਕੇ ਜਾਂਦਾ ਜਲੰਧਰੋਂ ਸਾਡੇ ਭਰਾਵਾਂ ਤੋਂ ਤੇ ਇਸ ਕਰਕੇ ਸਭ ਹਾਂ ਹਾਂਜੀ ਸਤਿ ਸ੍ਰੀ ਅਕਾਲ ਜਿਹੜੀ ਇਹ ਗੱਲ ਕਰ ਰਹੇ ਆ ਅਲਾਈਨਮੈਂਟ ਵਗੈਰਾ ਦੀ ਚੈੱਕ ਕਰਕੇ ਹੀ ਦੇਈ ਦੀ ਹੈ ਕਸਟਮਰ ਕਾਫੀ ਦੂਰ ਦੂਰ ਤੋਂ ਆਉਂਦੇ ਆ ਪੰਜਾਬ ਤੋਂ ਆਲ ਓਵਰ ਪੰਜਾਬ ਆ ਰਹੇ ਆ ਆਲ ਓਵਰ ਇੰਡੀਆ ਤੋਂ ਹੀ ਆ ਰਹੇ ਆ ਵੈਸੇ ਗੁਜਰਾਤ ਤੋਂ ਆਏ ਪਿੱਛੇ ਸਾਡੇ ਭਰਾ ਐਂਡ ਦਿੱਲੀ ਐਂਡ ਇਹ ਉਹ ਸਾਰੀ ਜਗ੍ਹਾ ਤੋਂ ਆ ਰਹੇ ਆ ਇਹ ਸਿਰਫ ਤੁਹਾਡਾ ਪਿਆਰ ਹੈ ਜੀ ਬਾਕੀ ਲੇਕਿਨ ਹੁਣ ਸਾਰਿਆਂ ਨੇ ਬੋਲੇ ਪੰਜਾਬੀ ਚ ਗਾਓ ਪੰਜਾਬੀ ਚ ਬੋਲੋ ਪੰਜਾਬੀ ਚ ਬੋਲੋ ਲਾ ਤੁਹਾਡਾ ਭਰਾ ਫੇ ਪੰਜਾਬੀ ਜਾ ਕੇ ਲੇਕਿਨ ਤੁਹਾਡੇ ਵੱਲੋਂ ਇਹ ਸਪੋਰਟ ਫੇ ਰੁਕਣੀ ਨਹੀਂ ਚਾਹੀਦੀ ਸਬਸਕ੍ਰਾਈਬ ਦੇ ਨਾਲ ਨਾਲ ਦਬਾ ਕੇ ਵੀਡੀਓ ਸ਼ੇਅਰ ਕਰਨੀ ਚਾਹੀਦੀ ਹੈ ਜਿਹੜੇ ਵੀ ਮੇਰੇ ਪੰਜਾਬੀ ਵੀਰ ਵੇਖ ਰਹੇ ਨੇ ਨਾ ਉਹਨਾਂ ਨੂੰ ਕਿ ਭਰਾਵਾ ਪੰਜਾਬੀ ਫਿਰ ਮਾਂ ਬੋਲੀ ਕਹਿੰਦੇ ਹੋ ਨਾ ਫਿਰ ਮਾਂ ਬੋਲੀ ਵਾਲੀ ਵੀਡੀਓ ਹਰ ਜਗ੍ਹਾ ਤੇ ਵੱਜਣੀ ਚਾਹੀਦੀ ਹੈ ਹਨਾ ਵੀ ਭਾਜੀ ਬਿਲਕੁਲ ਤੇ ਨੌਲੇਜ ਲੈ ਕੇ ਆਏ ਅੱਜ ਦੀ ਫਿਰ ਵੀਡੀਓ ਦੇ ਵਿੱਚ ਚੈਨਲ ਕਰੋ ਜੋ ਸਬਸਕ੍ਰਾਈਬ ਤੇ ਵੀਡੀਓ ਸਟਾਰਟ ਕਰਦੇ ਆ ਅੱਜ ਦੀ ਤੇ ਹੋਰ ਕੰਟੈਂਟ ਸਾਡਾ ਥਾਰ ਲੈ ਕੇ ਤੁਹਾਡੇ ਸਾਰਿਆਂ ਲਈ ਫਿਰ ਹਾਜ਼ਰ ਹੋ ਗਿਆ ਤੇ ਆਪਣੀ ਵੀ ਗੱਡੀ ਜਿੱਦਾਂ ਕਿ ਆਪਾਂ ਤੁਹਾਨੂੰ ਦੱਸਤਾ ਹੈ ਜਿਮਨੀ ਬੁੱਕ ਕਰਾ ਦਿੱਤੀ ਗਈ ਹੈ ਤੇ ਜਿਮਨੀ ਲਈ ਵੀ ਭਾਜੀ ਵੀਰ ਜੀ ਕਾਫੀ ਕਲਾਸੀ ਚੀਜ਼ਾਂ ਕਲਾਸੀ ਚੀਜ਼ ਦਿਖਾਵਾਂਗੇ ਠੀਕ ਹੈ ਤੇ ਅੱਜ ਦੀ ਵੀਡੀਓ ਸਟਾਰਟ ਕਰਦੀ ਹਾਂ ਸਭ ਤੋਂ ਪਹਿਲਾਂ ਥਾਰ ਹੈਗੀ ਆ 4x4 ਮਾਡਲ 4x2 ਵੀ ਸਾਡੇ ਕੋਲ ਘੱਟੋ ਘੱਟ ਇਸ ਟਾਈਮ ਦੇ ਵਿੱਚ ਗੱਲ ਕਰੀਏ ਤੇ ਬਥੇਰੀ ਗੱਡੀਆਂ ਦੇ ਲੈਵਲ ਟਾਇਰ ਪਾ ਰਹੇ ਆਪਾਂ ਬਿਲਕੁਲ ਜੀ ਬਿਲਕੁਲ ਸਿਸਟਮ ਲਾ ਰਹੇ ਆ ਗ੍ਰਿੱਲਾਂ ਲਾ ਰਹੇ ਆ ਬੰਪਰ ਲਾ ਰਹੇ ਆ ਸਭ ਕਰਦੇ ਪਏ ਆ ਦਿਖਾਵਾਂਗੇ ਜੀ ਇੰਸਟਾਗ੍ਰam ਪੇਜ ਦੇ ਉੱਤੇ ਟੋਟਲੀ ਮੋਡੀਫਿਕੇਸ਼ਨ ਵਾਸਤੇ ਆਈ ਹੈ ਸਾਡੇ ਕੋਲ ਸਾਡੇ ਨਕੋਦਰ ਦੇ ਕਸਟਮਰ ਨੇ ਤੇ ਸਾਰੀ ਦਿਖਾਵਾਂਗੇ ਬੰਪਰ ਅਲੋਏ ਟਾਇਰ ਐਂਡ ਆਲ ਮਤਲਬ ਕਹਿਣ ਦਾ ਮਤਲਬ ਹੈ ਕਿ ਹਾਂ ਕਹਿਣ ਦਾ ਮਤਲਬ ਗੱਡੀ ਨੇ ਕੱਟੇ ਆ ਵਟ ਹਨਾ ਤੇ ਤੁਸੀਂ ਸਾਰੇ ਜਣੇ ਬਸ ਚੈਨਲ ਨੂੰ ਸਬਸਕ੍ਰਾਈਬ ਤੇ ਇੰਸਟਾਗ੍ਰam ਫੋਲੋ ਕਰਨੇ ਨਾ ਭੁੱਲਿਓ ਤੇ ਚੱਲਦੇ ਆ ਅੱਜ ਦੀ ਵੀਡੀਓ ਦੇ ਤੇ ਵੀਡੀਓ ਹੈਗੀ ਆ ਸਾਡੀ ਥਾਰ ਦੇ ਉੱਤੇ ਜਿੱਦਾਂ ਕਿ ਤੁਹਾਨੂੰ ਦੱਸਿਆ ਬੇਸ਼ੱਕ ਇਹ ਅਲੋਏ ਵੀਲ ਪਾ ਲਿਓ 4x4 ਨੂੰ 4x2 ਨੂੰ ਬੇਸ਼ੱਕ ਪਾ ਲਿਓ ਜਿਮਨੀ ਨੂੰ ਬੇਸ਼ੱਕ ਪਾ ਲਿਓ 올ਡ ਬਲੈਰੋ ਨੂੰ ਬੇਸ਼ੱਕ ਪਾ ਲਿਓ ਨਿਊ ਬਲੈਰੋ ਨੂੰ ਸਕੋਰਪੀਓ ਐਨ ਹਾਂ ਸਕੋਰਪੀਓ ਐਨ ਲਈ ਵੀ ਲਿਮਿਟਿਡ ਸਟਾਕ ਹੈ ਅਲੋਏ ਵੀਲ ਦਾ ਤੇ ਲੇਕਿਨ ਆਪਾਂ ਲੈ ਕੇ ਆਏ ਘੱਟੋ ਘੱਟ 4-5 ਡਿਜ਼ਾਈਨ ਨਵੇਂ 6 ਡਿਜ਼ਾਈਨ ਦਵਾਂਗੇ ਜੀ ਨਵੇਂ ਕਲਾਸੀ ਉਹਨਾਂ ਦੇ ਵਿੱਚ 20 ਵੀ ਹੈ 22 ਵੀ ਹੈ 20x12 22x12 24 ਇੰਚ ਵੀ ਅਵੇਲੇਬਲ ਹੈ 26 ਇੰਚ ਵੀ ਆਪਣੇ ਕੋਲੇ ਆ ਗਿਆ ਤੁਹਾਨੂੰ ਦਿਖਾਉਣੇ ਆ ਜੀ ਠੋਕੇ ਹਨਾ ਬਿਲਕੁਲ ਜੀ ਤੇ ਚੱਲਦੇ ਆ ਅੱਜ ਦੀ ਵੀਡੀਓ ਤੇ ਵਾਰ-ਵਾਰ ਰਿਪੀਟ ਕਰਾਂ ਸੌਰੀ ਉਹਦੇ ਲਈ ਤੇ ਅਲੋਏ ਵੀਲ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਐਫਐਕਸ ਆਫ ਰੋਡਰ ਦੱਸ ਦਿੰਨਾ ਜੀ ਥਾਰਾਂ ਤੇ ਤੁਹਾਨੂੰ ਬਹੁਤ ਦਿਖਾਈਆਂ ਆਪਣੇ ਚੈਨਲ ਤੇ ਹਰ ਕਸਟਮਰ ਕਹਿ ਰਿਹਾ ਫਿਊਲ ਕਾਊਂਟਰਾ ਥੋੜਾ ਜਿਹਾ ਹੁਣ ਆਪਾਂ ਦੇਖ ਕੇ ਅੱਗੇ ਬੋਰ ਹੋ ਗਏ ਆ ਇਸ ਕਰਕੇ ਸਿਰਫ ਤੇ ਸਿਰਫ ਔਨ ਡਿਮਾਂਡ ਤੁਹਾਡੇ ਵਾਸਤੇ ਲੈ ਕੇ ਆਇਆ ਜੀ ਐਕਸਐਫ ਆਫ ਰੋਡ ਦਾ ਓਰੀਜਨਲ ਅਲੋਏ ਠੀਕ ਹੈ ਤੇ ਜਿੰਨਾ ਫਿਊਲ ਕਹਿੰਦੇ ਨਾ ਚੋੜਾ ਹੈ ਜਿੰਨਾ ਫਿਊਲ ਕਹਿੰਦੇ ਚੋੜਾ ਹੈ ਉਨਾ ਹੀ ਚੋੜਾ ਹੈ ਫਿਊਲ ਆਉਂਦਾ ਹੈ 20 ਇੰਚ ਦੇ ਵਿੱਚ 20x10 ਤੇ ਯਾਰ ਰੈਂਗਲਰ ਨੂੰ ਜਿੰਨਾ ਅਲੋਏ ਵੀ ਇੰਡੀਆ ਤੋਂ ਬਾਹਰ ਪਿਆ ਨਾ ਜੇਕਰ ਫਿਊਲ ਨੇ ਆਪਣੀ ਜਗ੍ਹਾ ਧਾਮ ਮਚਾਈ ਹੈ ਫਸਟ ਟਾਈਮ ਇਨ ਇੰਡੀਆ ਆਪਾਂ ਇੰਟਰੋਡਿਊਸ ਕੀਤਾ ਜੀ ਅਲੋਏ ਕਾਫੀ ਲਿਮਿਟਿਡ ਸਟਾਕ ਦੇ ਵਿੱਚ ਹੈ ਬਟ ਜਿਹੜੇ ਕਸਟਮਰਸ ਸਾਡੇ ਸੀਰੀਅਸ ਬਾਇਰਸ ਹੈ ਉਹ ਕਾਈਂਡਲੀ ਜਲਦੀ ਤੋਂ ਜਲਦੀ ਕੰਟੈਕਟ ਕਰਕੇ ਤੇ ਸਾਨੂੰ ਵੀਲ ਆਪਣੇ ਬੁੱਕ ਕਰ ਸਕਦੇ ਆ ਜੀ ਠੀਕ ਹੈ ਜੀ ਤੇ ਇਹ ਅਲੋਏ ਵੀਲ ਜਿਹੜਾ ਹੈਗਾ ਉਹ ਹੈਗਾ ਐਫਐਕਸ ਆਫ ਰੋਡਰ ਐਫਐਕਸ ਆਫ ਰੋਡ ਦਾ ਓਰੀਜਨਲ ਅਲੋਏ ਆ ਆਫੀਸ਼ੀਅਲ ਸਾਈਟ ਦੇ ਉੱਤੇ ਤੁਸੀਂ ਚੈੱਕ ਕਰ ਸਕਦੇ ਹੋ ਡਿਜ਼ਾਈਨ ਨੂੰ ਐਂਡ ਦੂਜੀ ਗੱਲ ਬਲੈਕ ਮਸ਼ੀਨ ਫਿਨਿਸ਼ ਦੇ ਵਿੱਚ ਅਲੋਏ ਆ ਇਹਦੇ ਨਾਲ ਆਪਾਂ ਟਾਇਰ ਵੀ 80 ਦਿੱਤਾ ਜੀ ਚੈੱਕ ਕਰੋ ਬਾਈ ਇੰਪੋਰਟਡ ਟਾਇਰ ਆ ਠੀਕ ਹੈ 80 ਟਾਇਰ ਆ ਕਿਉਂਕਿ ਇਹ ਔਨ ਰੋਡ ਵੀ ਚੱਲੂਗਾ ਤੇ ਆਫ ਰੋਡ ਵੀ ਚੱਲੂਗਾ ਟਾਇਰ ਠੀਕ ਹੈ ਜੀ ਐਮਟੀ ਟਾਇਰ ਥੋੜੀ ਜਿਹੀ ਦਿੱਕਤ ਕਰਦਾ ਜੀ ਚੱਲਣ ਵਾਸਤੇ ਸੜਕ ਦੇ ਉੱਤੇ ਬਟ ਇਹ ਆ ਵੀ ਇਹ ਕਲਾਸੀ ਲੁੱਕ ਹੁਣ ਅੱਜ ਮੈਂ ਦਿਖਾਵਾਂ ਇੱਕ ਚੀਜ਼ ਥੋੜੀ ਜਿਹੀ ਪ੍ਰੈਕਟੀਕਲ ਕਰਕੇ ਖਾਲਸਾ ਭਾਈ 1 ਮਿੰਟ ਫੋਨ ਫੜਿਆ ਜਾਵੇ ਸਾਡਾ ਲਿਆਓ ਜੀ ਲਿਓ ਠੀਕ ਹੈ ਇਹ ਚੈੱਕ ਕਰੋ ਟਾਇਰ ਬਾਹਰ ਕਿੰਨਾ ਹੈ ਲੋਕਾਂ ਨੂੰ ਦੋ ਸ਼ਾਇਦ ਵੀਡੀਓ ਦੇ ਵਿੱਚ ਜੱਜਮੈਂਟ ਨਾ ਹੋਵੇ ਹਨਾ ਇਦਾਂ ਵਿਖਾ ਕੇ ਵੀ ਜੱਜਮੈਂਟ ਨਾ ਹੋਵੇ ਨਾ ਵਿਦਆਊਟ ਐਨੀ ਸਪੇਸਰ ਹੈ ਜੀ ਆਹ ਲਓ ਜੀ ਸਰੀਰ ਇਹਦਾ ਥੋੜਾ ਜਿਹਾ ਹੁਣ ਭਾਰਾ ਹੋ ਚੁੱਕਾ ਹੋਇਆ ਜਿਮ ਜੁਮ ਤਾਂ ਇਹ ਜਾਂਦਾ ਨਹੀਂ ਉਹਦੇ ਅਕੋਰਡਿੰਗਲੀ ਦੇਖ ਲਓ ਮੇਰਾ ਪੈਰ ਬਿਲਕੁਲ ਬਾਹਰ ਪੈਰ ਜਿੰਨਾ ਹੈ ਉਹਨਾਂ ਦੇਖ ਲਓ ਬਾਹਰ ਆ ਕੋਈ ਸਪੇਸਰ ਨਹੀਂ ਯੂਜ਼ ਕੀਤਾ ਜੀ ਇਹ ਬਾਹਰ ਕੱਢਣ ਵਾਸਤੇ ਜਿੱਦਾਂ ਸਾਨੂੰ ਤੁਹਾਡੀ ਫੋਨ ਕਾਲ ਜਾਂਦੇ ਸੀ ਇਨਕੁਆਇਰੀਆਂ ਆਉਂਦੀਆਂ ਸੀਗੀਆਂ ਵੀ ਸਪੇਸਰ ਚਾਹੀਦੇ ਆ ਜੀ ਫੋਰ ਥੋੜਾ ਜਿਹਾ ਬਾਹਰ ਕੱਢਣ ਵਾਸਤੇ ਵਾਈਡ ਤੁਸੀਂ ਚੈੱਕ ਕਰ ਸਕਦੇ ਹੋ ਜੀ ਆ ਬੋਡੀ ਲਾਈਨ ਆ ਟਾਇਰ ਹੈ ਇਹ ਹੈਗਾ 20x12 ਹੱਥ ਵੇਖੋ ਹੱਥ ਜਿੰਨਾ ਟਾਇਰ ਅਲੋਏ ਦੀ ਡੀਪਨੈਸ ਚੈੱਕ ਕਰੋ ਆ ਵੇਖੋ ਕਿੰਨਾ ਬਾਹਰ ਹੈ ਹੱਥ ਜਿੰਨਾ ਬਾਹਰ ਆ ਇਹ ਚੀਜ਼ ਤੁਹਾਨੂੰ ਦਿਖਾਤੀ ਨਾਲੇ ਇਹ ਅਲੋਏ ਵੀਲ ਇੰਡੀਆ ਤੋਂ ਬਾਹਰ ਰੈਂਗਲਰ ਨੂੰ ਨਾ ਪਾਇਆ ਗਿਆ ਨਾ ਤੇ ਜਲਦੀ ਜਦ ਕੁਝ ਨਹੀਂ ਪਤਾ ਆਪਾਂ ਆਪਣੀ ਗੱਡੀ ਨੂੰ ਵੀ ਸ਼ਾਇਦ ਆਈਓ ਭਾਈ ਹੋ ਸਕਦਾ ਹੈ ਜੀ ਚੀਜ਼ ਖਾਲਸਾ ਭਾਜੀ ਖਾਲਸਾ ਭਾਜੀ ਨੂੰ ਆਪਾਂ ਸਪੈਸ਼ਲ ਬੋਲਿਆ ਆਪਾਂ ਮੈਂ ਕਿਹਾ ਜੀ ਚਿੰਤਾ ਨਾ ਕਰੋ ਆਪਾਂ ਸ਼ੂਜ਼ ਦੇ ਨਾਲ ਦੇ ਨਾ ਅਲੋਏ ਵੀਲ ਪਾਣੇ ਆ ਫਿਰ ਮੈਂ ਕਿਹਾ ਜੀ
ਵਧੀਆ ਤੋਂ ਵਧੀਆ ਲਾਈਵ ਵੀ ਤੁਹਾਨੂੰ ਚੇਂਜ ਕਰ ਕਰਕੇ ਗੱਡੀ ਦੇ ਰੰਗ ਵੀ ਚੇਂਜ ਕਰ ਕਰਕੇ ਦਵਾਂਗੇ ਠੀਕ ਹੈ ਤੇ ਅਲੋਏ ਵੀਲ ਦੀ ਖਾਸ ਚੀਜ਼ ਹੁਣ ਬਹੁਤ ਹੋ ਗਿਆ ਮਜ਼ਾਕ ਪਹਿਲੇ ਸੀਰੀਅਸਲੀ ਤੁਹਾਨੂੰ ਦੱਸਾਂ ਤੇ ਬੰਬ ਲੋਕਾ ਤੇ ਤੁਹਾਡੇ ਸਾਰੇ ਸਾਹਮਣੇ ਇਹ ਚੱਲਦਾ ਰੋਡ ਤੇ ਐਡਾ ਸੋਹਣਾ ਲੱਗਦਾ ਨਾ ਬਾਈ ਮਜ਼ਾ ਆ ਜਾਂਦਾ ਹੁਣ ਮੈਂ ਚੱਲਦੀ ਦੀ ਕਲਿੱਪ ਤੁਹਾਨੂੰ ਐਂਡ 'ਚ ਜ਼ਰੂਰ ਪਾਵਾਂ ਮੈਂ ਦਿਖਾਇਆ ਹੁਣੇ ਸਾਰਾ ਠੀਕ ਹੈ ਜਿੱਦਾਂ ਤੁਹਾਨੂੰ 360 ਵਿਊ ਦੇਖਣ ਨੂੰ ਮਿਲ ਵੀ ਰਿਹਾ ਵੀਡੀਓ ਦੇ ਵਿੱਚ ਤੇ ਨਾਲੇ ਜਿਹੜਾ ਇਹ ਆਫ ਰੋਡ ਹੈ ਨਾ ਐਫ ਐਕਸ ਆਫ ਰੋਡ ਜਿਹੜਾ ਐਕਸ ਐਫ ਆਫ ਰੋਡ ਇਹ ਜਿਹੜਾ ਜੈਨੂਇਨ ਵੀਲ ਹੈ ਕੋਈ ਕਾਪੀ ਵਾਲਾ ਨਹੀਂ ਹੈ ਹੁਣ ਕਈ ਲੋਕ ਕਹਿੰਦੇ ਕਾਪੀ ਵੀ ਹੋ ਸਕਦਾ ਜੀ ਇਹ ਵੇਖ ਲਓ ਜੀ ਠੀਕ ਹੈ ਜੀ ਇਹ ਜੈਨੂਇਨ ਵਾਲਾ ਆ ਕੋਈ ਸਟicker ਨਹੀਂ ਹੈ ਕੋਈ ਕੁਛ ਨਹੀਂ ਠੀਕ ਹੈ ਇਹਦੇ ਉੱਤੇ ਬੈਕ ਸਾਈਡ ਵਾਲੇ ਪਾਸੇ ਵੀ ਸਟੈਂਪ ਸਭ ਕੁਝ A to Z ਹੈ ਠੀਕ ਹੈ origignal wheel ਠੀਕ ਹੈ ਬੈਕ ਸਾਈਡ ਤੋਂ ਵੇਖ ਲਓ ਜੀ ਇਹ 20 ਇੰਚ ਵਿੱਚ ਸਾਡੇ ਕੋਲ ਆਇਆ ਹੈ ਤੇ ਇਸ ਤੋਂ ਇਲਾਵਾ 22 ਇੰਚ ਵੀ ਆਇਆ ਇਸ ਤੋਂ ਇਲਾਵਾ 24 ਵੀ ਆਇਆ ਅਵੇਲੇਬਲ ਹੈ ਜੀ 26 ਵੀ ਅਵੇਲੇਬਲ ਹੈ 20 ਇੰਚ ਤੱਕ ਆਪਣੇ ਕੋਲ ਸਟਾਕ ਅਵੇਲੇਬਲ ਹੈ ਟਾਇਰ ਦੇ ਨਾਲ ਵਨ ਥਿੰਗ ਮੈਂ ਬਾਰ-ਬਾਰ ਕਹਿਣਾ ਮੈਂ ਤੁਹਾਨੂੰ ਸਾਰਿਆਂ ਨੂੰ ਸਟਾਕ ਥੋੜਾ ਲਿਮਟਿਡ ਹੈ ਬਟ ਇਹ ਹੈ ਵੀ ਜਿਹੜੀ ਗੱਡੀ ਨੂੰ ਲੱਗਾ ਹੋਊਗਾ ਲੋਕੀ ਘੁੰਮ ਕੇ ਇੱਕ ਵਾਰੀ ਮੁੜ ਕੇ ਜ਼ਰੂਰ ਵੇਖਣਗੇ ਵੀ ਕੀ ਪਾਇਆ ਤੇ ਹੁਣ ਚੱਲਦਾ ਬੈਕ ਸਾਈਡ ਵਾਲੇ ਵੀਲ ਤੇ ਉੱਤੇ ਤੁਹਾਨੂੰ ਟਾਇਰ ਦੀ ਚੜਾਈ ਇੱਥੇ ਦੇਖੋ ਅੱਧਾ ਬਾਡੀ ਵਿੱਚ ਚਲੇ ਜਾਂਦਾ ਤੇ ਉਦੋਂ ਵੇਖਣ ਨੂੰ ਪਤਾ ਨਹੀਂ ਲੱਗਦਾ ਤੇ ਮੈਂ ਵਾਈਲਡ ਐਂਗਲ ਥੋੜਾ ਹਟਾਉਣਾ ਲੋ ਹੁਣ ਵੇਖੋ ਜੀ ਹੁਣ ਬਣਿਆ ਸਹੀ ਘੋੜਾ ਤੇ ਵੇਖੋ ਜੀ ਇਹ ਕਿੰਨਾ ਇਹ ਲੋ ਇੱਥੋਂ ਅਗਰ ਚਾਲੂ ਐ ਨਾ ਥੋੜਾ ਜਿਹਾ ਆਪਾਂ ਜਿੱਦਾਂ ਪਾਣੇ ਆ ਤੁਹਾਨੂੰ ਸਾਹ ਚੜ ਚੁੱਕਾ ਹਾਂ ਤੁਸੀਂ ਆਰਾਮ ਨਾਲ ਥੋੜਾ ਜਿਹਾ ਤੁਹਾਨੂੰ ਸਾਰਿਆਂ ਨੂੰ ਕਲੀਅਰ ਦੱਸਾਂ ਹਾਂ ਇੱਥੋਂ ਵੇਖੋ ਜੀ ਇਹ ਲੋ ਕਿੱਡਾ ਚੌੜਾ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਵੀਲ ਆ ਅਲਾਏ ਦੀ ਡੀਪਨੈਸ ਚੈੱਕ ਕਰੋ ਡੀਪਨੈਸ ਇਹ ਲੋ ਜੀ ਠੀਕ ਹੈ ਤੇ ਬਾਕੀ ਸਾਡੇ ਇੰਸਟਾਗ੍ਰam ਫੋਲੋ ਕਰ ਲਿਓ ਸ਼ਾਰਟਸ ਵੀ ਪਾ ਰਹੇ ਆਪਾਂ YouTube ਤੇ ਸ਼ਾਰਟਸ ਲਈ ਵੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਤੁਹਾਨੂੰ ਸਾਰਿਆਂ ਨੂੰ ਨਵੇਂ ਲੇਟੈਸਟ ਚੀਜ਼ਾਂ ਦੀ ਨੌਲੇਜ ਮਿਲਦੀ ਰਹੂਗੀ ਤੇ ਕਿੱਦਾਂ ਹੀ ਲੱਗ ਰਹੀ ਹੈ ਗੱਡੀ ਪਲੀਜ਼ ਕਮੈਂਟ ਕਰਕੇ ਜੋ ਦੱਸੋ ਆ ਛੋਟੀ ਜੀ ਵੀਡੀਓ ਮੈਂ ਅੱਜ ਸਿਰਫ ਇਸੇ ਕਰਕੇ ਬਣਾਈ ਕਿਉਂਕਿ ਵੀਲ ਇੰਨਾ ਜ਼ਿਆਦਾ ਮੈਨੂੰ ਯੂਨੀਕ ਲੱਗਾ ਸੀ ਨਾ ਕਿ ਮੈਂ ਤੁਹਾਨੂੰ ਦਿਖਾਵਾਂ ਕਿ ਭਾਈ ਨੂੰ ਮੈਂ ਬੋਲਿਆ ਭਾਈ ਇੰਸਟਾ ਰੀਲ ਤਾਂ ਠੀਕ ਠੀਕ ਲੇਕਿਨ YouTube ਤੇ ਵੀ ਆ ਵੀਲ ਆਪਾਂ ਦਿਖਾਣਾ ਤੇ ਆਪਾਂ ਦਿਖਾਇਆ ਤੁਹਾਨੂੰ ਤੇ ਜਿਹੜੇ ਜਿਹੜੇ ਅਗਰ ਸੀਰੀਅਸ ਬਾਇਰ ਨੇ ਨਾ ਜਿਨ੍ਹਾਂ ਨੂੰ ਦੇਖਣੇ ਨੇ ਐਲੋਏ ਵੀ ਲੈਣੇ ਨੇ ਉਹ ਭਾਜੀ ਪਲੀਜ਼ ਕੰਟੈਕਟ ਕਰਿਓ ਭਾਜੀ ਉਹਨਾਂ ਨੂੰ ਮਜ਼ਾ ਆ ਜਾਊਗਾ ਜਿੱਦਾਂ ਇਹ ਡਿਜ਼ਾਈਨ ਲੈ ਕੇ ਆ ਇਸ ਤੋਂ ਇਲਾਵਾ ਇੱਕ ਕ੍ਰੋਮ ਡਿਜ਼ਾਈਨ ਹੈਗਾ ਉਹ ਤਾਂ ਮੈਨੂੰ ਜਲਦੀ ਵੀਡੀਓ 'ਚ ਸ਼ੋਅ ਕਰੂੰਗਾ ਤੁਹਾਨੂੰ ਉਹ ਵੀ ਐਡਾ ਜ਼ਬਰਦਸਤ ਉਹ 'ਚ ਡਾਇਮੰਡ ਕਟ ਟਾਈਪ ਵਾਲਾ ਵੀ ਆ ਜਿਹਨੂੰ ਆਪਾਂ ਕਿਹੜਾ ਕਹਿੰਦੇ ਬਲੈਕ ਆਪਾਂ ਇੱਕ ਵਾਰੀ ਇਦਾਂ ਕਰਦੇ ਆ ਆਪਾਂ ਕੰਪਨੀ ਦੀ ਹਾਂ ਦੁਕਾਨ ਤੇ ਜਾ ਕੇ ਕਰਦੇ ਆ ਜਾ ਕੇ ਵੀਡੀਓ ਦਾ ਐਂਡ ਕਰਾਂਗੇ ਨਾਲੇ ਆਪਣੇ ਸਬਸਕ੍ਰਾਈਬਰਸ ਨੂੰ ਸਾਰੇ ਇੱਕ ਵਾਰੀ ਡਿਜ਼ਾਈਨ ਗੋ ਥਰੂ ਕਰਾ ਦਿੰਦੇ ਆ ਹਾਂ ਜਿਹਨੂੰ ਵੀ ਚਾਹੀਦਾ ਡਿਜ਼ਾਈਨ ਆਪਾਂ ਉਹਨਾਂ ਵਾਸਤੇ ਬੁੱਕ ਕਰ ਸਕਦੇ ਆ ਚਲਿਏ ਫਿਰ ਛੋਟੀ ਜਿਹੀ ਰਿਕੁਐਸਟ ਹੈ ਲਿਮਟਿਡ ਸਟਾਕ ਹੈ ਐਂਡ ਕਾਈਂਡਲੀ ਆ ਗੱਡੀ ਦੇ ਉੱਤੇ ਕਮੈਂਟ ਜ਼ਰੂਰ ਕਰਕੇ ਦੱਸਿਓ ਵੀ ਇਹ ਕਿਦਾਂ ਦੀ ਲੱਗੀ ਤੁਹਾਨੂੰ ਠੀਕ ਹੈ ਟੋਟਲੀ ਡਿਫਰੈਂਟ ਦੇਖੋ ਯਾਰ ਭਾਈ ਮੈਂ ਇੱਕ ਚੀਜ਼ ਦੱਸਦਾ ਇੱਕ ਚੀਜ਼ ਦੱਸਦਾ ਭੇੜ ਚਾਲ ਹਰ ਗੱਡੀ ਨੂੰ ਫਿਊਲ ਹਰ ਗੱਡੀ ਨੂੰ ਕੁਝ ਲਾਗ ਕਰਨਾ ਚਾਹੀਦਾ ਠੀਕ ਹੈ ਕਿਸੇ ਟਾਈਮ ਤੇ ਉਸ ਚੀਜ਼ ਦਾ ਟ੍ਰੈਂਡ ਸੀਗਾ ਬਟ ਦਿਸ ਟਾਈਮ ਥੋੜਾ ਜਿਹਾ ਚੇਂਜ ਕਰੀਏ ਨਜ਼ਾਰਾ ਆਊਗਾ ਵਧੀਆ ਚੀਜ਼ਾਂ ਹੋਰ ਵੀ ਦਿਖਾਵਾਂਗੇ ਤੁਹਾਨੂੰ ਹਾਂ ਤੇ ਹੁਣ ਗੱਡੀ ਦੀ ਇੱਕ ਵਾਰ ਮੈਂ ਚੱਲਦੀ ਹੈ ਤੁਹਾਨੂੰ ਲੁੱਕ ਦਿਖਾ ਦਵਾਂ ਤੇ ਭਾਈ ਚਲਾਉਂਦਾ ਪਿਆ ਤੇ ਆਪਾਂ ਦਿਖਾਉਂਦੇ ਤੁਹਾਨੂੰ ਲੁੱਕ ਘੈਂਟ ਵਾਲੀ ਇਹਦੀ ਚਾਬੀ ਚਾਬੀ ਤੇ ਜੇਬ 'ਚ ਹੀ ਰਹਿ ਗਈ ਮੇਰੇ ਯਾਰ ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਨਾ ਮੈਂ ਗੱਡੀ ਕੱਲ ਤੋਂ ਘਰੇ ਲਾ ਕੇ ਆਇਆ ਕਰਨੀ ਹੈ ਠੀਕ ਹੈ ਨਾ ਹਾਂ ਬਸ ਠੀਕ ਹੈ ਠੀਕ ਹੈ ਬਿਲਕੁਲ ਸਰ ਬਿਲਕੁਲ ਮੈਂ ਲੈ ਆਇਆ ਕਰੂੰਗਾ ਤੁਹਾਨੂੰ ਠੀਕ ਹੈ ਤੇ ਹੁਣ ਭਾਈ ਚਲਾਊਗਾ ਗੱਡੀ ਤੇ ਮੈਂ ਤੁਹਾਨੂੰ ਇੱਕ ਵਾਰ ਇਹਦਾ ਚੱਲਦੀ ਦਾ ਲੁੱਕ ਲੈਂਦਾ ਤੇ 뮤직 ਦੇ ਨਾਲ ਇੰਜੋਏ ਕਰੋ 1 2 3 ਜਿਹੜੇ ਆਪਣੇ ਵੀਰ ਭਰਾਵਾਂ ਕੋਲੇ ਬਲੈਰੋ ਹੈ ਬਲੈਰੋ ਨੂੰ ਛੱਡੋ ਮੈਂ ਕਹਿੰਦਾ ਕਾਲੇ ਰਹੂੰਗੀ ਥਾਰ ਨੂੰ ਪਾਇਆ ਹੋਇਆ ਜਿੱਦਾਂ ਆਪਾਂ ਪਹਿਲੇ ਪਾ ਕੇ ਦਿਖਾਇਆ ਸੀ ਜਿਹਦੇ ਪੱਗ ਨਾਲ ਮੇਰਾ ਮੈਚ ਕੀਤਾ ਸੀ ਇੰਟੀਰੀਅਰ ਬਲੈਰੋ ਗੱਡੀ ਵਾਸਤੇ ਡਾਇਰੈਕਟ ਫਿਟਮੈਂਟ ਇੱਕ ਕੋਈ ਵੀ ਸਪੇਸਰ ਲਾਉਣ ਦੀ ਲੋੜ ਨਹੀਂ ਪੁਰਾਣੀ 올ਡ ਥਾਰਾਂ ਦਾ ਅੱਜਕੱਲ 올ਡ ਜੀਪਾਂ ਦਾ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡ ਆ ਜਿਹੜੀਆਂ ਬਾਹਰ ਜਾ ਰਹੀਆਂ ਕਾਫੀ ਆਪਣੇ ਵੀਰ ਭਰਾਵਾਂ ਕੋਲ ਬਣ ਕੇ ਕੈਨੇਡਾ ਅਮਰੀਕਾ ਕੋਈ ਸਪੇਸਰ ਲਾਉਣ ਦੀ ਲੋੜ ਨਹੀਂ ਬਬਲਿੰਗ ਬੂਬਲਿੰਗ ਵਾਲਾ ਤੇ ਰੌਲਾ ਹੀ ਖਤਮ ਹੋ ਗਿਆ ਠੀਕ ਜੀ ਐਕਸਐਫ ਆਫਰੋਡ ਦਾ ਓਰੀਜਨਲ ਜੈਨੂਇਨ ਵੀਲ ਹੈ ਸਾਈਡ ਤੇ ਚੈੱਕ ਕਰੋ ਉਸ ਤੋਂ ਬਾਅਦ ਸਾਡੇ ਕੋਲੇ ਵੀਲ ਪਰਚੇਸ ਕਰੋ ਆਮ ਨਾਰਮਲ ਆਉਂਦਾ 20x10 ਫਿਊਲ ਟਾਈਪਸ ਹਾਜ਼ਰ ਨੇ ਸਾਡੇ ਕੋ ਕਿਸੇ ਨੂੰ ਚਾਹੀਦਾ ਉਹ ਵੀ ਮਿਲ ਜੂਗਾ ਠੀਕ ਹੈ ਨਾਰਮਲ 20x10 ਹੈ ਐਂਡ ਥਿਸ ਇਜ਼ 20x12 ਠੀਕ ਹੈ ਤੁਸੀਂ ਡੀਪਨੈਸ ਚੈੱਕ ਕਰਾ ਸਕਦੇ ਹੋ ਇਹ ਦੇਖੋ ਠੀਕ ਹੈ ਜੀ 20x12
ਉਸ ਤੋਂ ਬਾਅਦ 22 ਇੰਚ ਸੈਗਮੈਂਟ ਦੇ ਛੱਡੋ ਯਾਰ ਜਿਹੜਾ ਮੇਰਾ ਇਸ਼ਕ ਜਿਹੜਾ ਵੇਖਿਆ ਕਿੱਥੇ ਆ ਕਿੱਥੇ ਪੈ ਜੇ ਨਾ ਸਭ ਦਿਖਾਉਣੇ ਆਓ ਇਧਰ ਆਓ ਹਾਂਜੀ 22 ਬਾਏ 10 ਠੀਕ ਹੈ ਜੀ XF ਆਫ ਰੋਡ ਠੀਕ ਹੈ 22 ਬਾਏ 10 ਹੈ ਹੈਗਾ 22 ਬਾਏ 10 ਹੈ ਹਾਊ ਟੂਨਰ ਵਾਲਾ ਹਾਂ ਹੈਗਾ 22 ਬਾਏ 10 ਹੈ ਪਰ ਡੀਪਨੈਸ ਪੂਰੀ ਹੈ ਦੀ ਸਾਈਡ ਨੂੰ ਦਿਖਾ ਦਿਓ ਜੀ ਮਾੜਾ ਜਿਹਾ ਆ ਕੇ ਲੋ ਜੀ ਠੀਕ ਹੈ ਜੀ ਡੀਪਨੈਸ ਪੂਰੀ ਹੈ ਜੀ ਠੀਕ ਹੈ ਜੀ ਹੁਣ ਆ ਗਿਆ ਸਭ ਤੋਂ ਸਿਰਾ ਚੀਜ਼ਾਂ ਘੈਂਟ ਚੀਜ਼ਾਂ 22 ਬਾਏ 12 ਆ ਲਓ ਜੀ ਬਲੈਕ ਫਿਨਿਸ਼ ਦੇ ਵਿੱਚ ਮਤਲਬ ਵੀ ਰੌਕ ਦਾ ਓਰੀਜਨਲ ਵੀਲ ਹੈ ਠੀਕ ਹੈ ਤੁਹਾਨੂੰ ਇੱਕ ਮੈਂ ਵੀਡੀਓ ਚ ਲਾ ਕੇ ਜ਼ਰੂਰ ਦਿਖਾ ਦੇਣਾ ਉਨੀ ਦੇਰ ਤੁਸੀਂ ਵੀਲ ਦੀ ਡੀਪਨੈਸ ਚੈੱਕ ਕਰਾਓ ਜੀ ਇਹ ਦੇਖੋ ਵੀ ਇੱਥੇ ਹੱਥ ਪਿਆ ਇਹ ਹੱਥ ਪਿਆ ਤੇ ਇਹ ਵੇਖ ਲਓ ਇਸ ਤੋਂ ਬਾਅਦ ਅਗਲਾ ਹੱਥ ਉਹ ਜਾ ਰਿਹਾ ਤੇ ਇੱਥੋਂ ਦੀ ਹੱਥ ਦਿਖਾਵਾਂ ਇਹ ਵੇਖ ਲਓ ਹੱਥ ਤੇ ਹੈ ਠੀਕ ਹੈ 12 ਇੰਚ ਚੌੜਾ ਵੀਲ ਬਤਾ 12 ਜੇ ਅਲੋਏ ਵੀਲ ਆਇਆ ਵਾਲਾ ਆਲ ਓਵਰ ਇੰਡੀਆ ਦੇ ਵਿੱਚ ਪਹਿਲੀ ਗੱਡੀ ਨੂੰ ਫਿੱਟ ਹੋਊਗਾ ਜਿੱਦੋਂ ਵੀ ਹੋਊਗਾ ਠੀਕ ਹੈ ਅੱਗੇ ਜੀ ਵੀਡੀਓ ਦਿਖਾ ਦਿਓ ਜੀ ਬਾਹਰ ਜਿੱਦਾਂ ਪਿੱਕਿਆਂ ਨੂੰ ਚੱਲਦੀਆਂ ਜੀ काफी ਵਧੀਆ ਸਟਫ ਹੈ ਹੁਣ ਤੁਸੀਂ ਕਹੋਗੇ ਵੀ ਕਲਰ ਤੁਸੀਂ ਬਲੈਕ ਦਿਖਾਇਆ ਵੀਡੀਓ ਤੁਸੀਂ ਕ੍ਰੋਮ ਦੀ ਦਿਖਾ ਰਹੇ ਹੋ ਤੇ ਆਪਾਂ ਲਓ ਜੀ ਐ ਵੀ ਇਸ਼ਕ ਪੂਰਾ ਲਵੋ ਤੋਹਫਾ ਸਾਡੇ ਵੱਲੋਂ ਐ ਵੀ ਚੱਕੋ ਜੀ ਕ੍ਰੋਮ ਵੀ ਆ ਗਿਆ ਤੁਹਾਡੇ ਸਾਰੇ ਲਈ ਕੀ ਕਿਹਾ ਸੀ ਮੈਂ ਤੁਹਾਨੂੰ ਹੁਣ ਇੱਕ ਗੱਡੀ ਉੱਥੇ ਕਰ ਦੇ ਇਕੱਠੇ ਜਿਮਨੀ ਨੂੰ ਬਾਈ ਪੈ ਗਿਆ ਤੇ ਪੈ ਗਈ ਹੈ ਤੇ ਗਾਹ ਪੈ ਗਿਆ ਬਸ ਹਾਂ ਤੇ ਦੇਖਦੇ ਆ ਤੇ ਮੇਰੇ ਤੋਂ ਪਹਿਲਾਂ 26 ਇੰਚ ਦਾ ਵੀ ਆਪਾਂ ਡਿਸਪਲੇ ਨਹੀਂ ਕੀਤਾ ਹੋਇਆ ਪਿਆ ਹਾਂ ਨਹੀਂ ਰਕੀ ਪੜ ਲਓ 26 ਬਾਏ 14 ਠੀਕ ਹੈ ਜੀ ਛੋਟੀ ਜੀ ਰਿਕੁਐਸਟ ਹੈ काफ़ी मैं बार बार कह रहा लिमिटेड स्टॉक के व्हील्स अवेलेबल है सिर्फ तो सिर्फ सीरीयस बायर्स ही कॉल करो प्लीज़ चलो कोई नहीं बाकी भी वीर भरा कर जिमें मर्जी कोई इदा की गल नहीं कोई सानू नुकसान वाली गल नहीं भराओ साढ़े बट जे सीरीयस बायर्स है छेती तो छेती बुकिंग कर दिए जी बस ठीक है जी तो नाले फेसबुक चैनल तो यूट्यूब चैनल में दब के सपोर्ट करो इंस्टाग्राम में दब के करो आइडिया थले फ्लैश हो रही है फटाफट जाके नंबर भाई का फ्लैश हो रहा है भाजी एक चीज़ नंबर दस दिता जाए ਸਾਡਾ ਨੰਬਰ ਹੈ ਜੀ 9814500046 ਵੱਡੇ ਭਾਈ ਦਾ ਨੰਬਰ ਹੈ ਜੀ 9041464646 ਅਗਰ ਕੋਈ ਮੋਡੀਫਾਈਡ ਹਬ ਦੀ ਵੀਡੀਓ ਵੇਖ ਕੇ ਆਂਦਾ ਮੇਰੇ ਵੱਲੋਂ ਕੀ ਡਿਸਕਾਊਂਟ ਕੀ ਡਿਸਕਾਊਂਟ ਔਨ ਕੈਮਰਾ ਬੋਲ ਦਿੱਤਾ ਜਾਵੇ ਅੱਜ 5000 ਰੁਪਏ ਡਿਸਕਾਊਂਟ ਚਲੋ ਜੀ ਔਨ ਡਿਸਕਾਊਂਟ ਹੋ ਗਿਆ ਜੀ ਜਿਹੜਾ ਆਊਗਾ ਮੋਡੀਫਾਈਡ ਹਬ ਚੈਨਲ ਨੂੰ ਸਬਸਕ੍ਰਾਈਬ ਕੀਤਾ ਦਿਖਾਓ ਤੇ 5000 ਡਿਸਕਾਊਂਟ ਠੀਕ ਹੈ ਤੇ ਟਿਲਰ ਬਾਏ ਮਿਲਦੇ ਆ ਇਹੋ ਜੀਆਂ ਹੋਰ ਮੈਂ ਤਾਂ ਵੀਡੀਓਸ ਲੈ ਕੇ ਤੇ ਬੁੱਕ ਕਰੋ ਫਟਾਫਟ ਆਪਣੇ ਲੋਇਬਿਲ ਤੇ ਛੁੱਟੀ